2016 ਤੋਂ ਲੈ ਕੇ ਹੁਣ ਤੱਕ ਜੀ ਉਹਨਾਂ ਨੇ ਇੰਨੀ ਪ੍ਰੈਕਟਿਸ ਕੀਤੀ ਆ, ਮਤਲਬ ਕਿ ਜਿਸ ਦਾ ਉਹਨਾਂ ਨੂੰ ਹੁਣ ਲਾਭ ਹੋਇਆ। ਪੈਰਿਸ ਦੇ ਵਿੱਚ ਉਹ ਓਲੰਪਿਕ ਗੇਮਾਂ ਦੇ ਵਿੱਚ ਹਿੱਸਾ ਲਿਆ ਉਹਨਾਂ ਨੇ, ਉਹਨਾਂ ਦਾ ਅੱਜ ਫਾਈਨਲ ਮੈਚ ਹੈ। ਅਤੇ ਉਹ 2014 'ਚ ਆਰਮੀ 'ਚ ਸਿਲੈਕਸ਼ਨ ਹੋਈ ਸੀ ਉਹਨਾਂ ਦੀ ਜੀ। ਉਸ ਤੋਂ ਬਾਅਦ 2016 ਦੇ ਵਿੱਚ ਉਹਨਾਂ ਨੇ ਆਪਣੀ ਗੇਮ ਸ਼ੂਟਿੰਗ ਵੀ ਸ਼ੁਰੂ ਕੀਤੀ ਸੀਗੀ। ਸੰਦੀਪ ਸਿੰਘ ਮੇਰਾ ਵੱਡਾ ਭਾਈ ਹੈ ਜੀ, ਅਤੇ ਉਹ 2014 'ਚ ਆਰਮੀ 'ਚ ਸਿਲੈਕਸ਼ਨ ਹੋਈ ਸੀ ਉਹਨਾਂ ਦੀ ਜੀ। ਬਠਿੰਡੇ ਆਰਮੀ ਰੈਲੀ ਦੀ ਭਰਤੀ ਸੀਗੀ ਜਿੱਥੇ ਉਹਨਾਂ ਨੇ ਆਪਦੀ ਆਰਮੀ ਦੀ ਸਿਲੈਕਸ਼ਨ ਹੋਈ ਸੀ। ਉਸ ਤੋਂ ਬਾਅਦ ਉਹਨਾਂ ਨੇ 1 ਸਾਲ ਦੀ ਪ੍ਰੈਕਟਿਸ ਕੀਤੀ ਜੀ, ਜਿਵੇਂ ਆਰਮੀ ਟ੍ਰੇਨਿੰਗ ਹੁੰਦੀ ਹੈ ਜੀ। ਉਸ ਤੋਂ ਬਾਅਦ 2016 ਦੇ ਵਿੱਚ ਉਹਨਾਂ ਨੇ ਆਪਣੀ ਗੇਮ ਸ਼ੂਟਿੰਗ ਵੀ ਸ਼ੁਰੂ ਕੀਤੀ ਸੀਗੀ। 2016 ਤੋਂ ਲੈ ਕੇ ਹੁਣ ਤੱਕ ਜੀ ਉਹਨਾਂ ਨੇ ਇੰਨੀ ਪ੍ਰੈਕਟਿਸ ਕੀਤੀ ਆ, ਮਤਲਬ ਕਿ ਜਿਸ ਦਾ ਉਹਨਾਂ ਨੂੰ ਹੁਣ ਲਾਭ ਹੋਇਆ। ਅਤੇ ਉਹਨਾਂ ਲਈ ਇੰਨੀ ਪ੍ਰੈਕਟਿਸ ਦੀ ਮਿਹਨਤ ਸਦਕਾ, ਸਾਡੀ ਪਰਿਵਾਰ ਦਾ ਇੱਕਜੁੱਟ ਦਾ ਸਦਕਾ ਵੀ ਸਾਨੂੰ ਅੱਜ ਇਹ ਮੁਕਾਮ ਹਾਸਲ ਹੋਇਆ ਕਿ ਉਹ ਬਤੌਰ ਇੰਡੀਆ ਟੀਮ 'ਚ ਸਿਲੈਕਸ਼ਨ ਹੋਈ ਆ ਉਹਨਾਂ ਦੀ। ਪੈਰਿਸ ਦੇ ਵਿੱਚ ਉਹ ਓਲੰਪਿਕ ਗੇਮਾਂ ਦੇ ਵਿੱਚ ਹਿੱਸਾ ਲਿਆ ਉਹਨਾਂ ਨੇ, ਉਹਨਾਂ ਦਾ ਅੱਜ ਫਾਈਨਲ ਮੈਚ ਹੈ। ਬਤੌਰ ਉਹ MP ਦੇ ਵਿੱਚ ਆਰਮੀ ਯੂਨਿਟ ਦੇ ਵਿੱਚ ਨਾਇਬ ਸੂਬੇਦਾਰ ਦੀ ਡਿਊਟੀ ਨਿਭਾ ਰਹੇ ਆ, ਅਤੇ ਉਹਨਾਂ ਦਾ ਅੱਜ ਫਾਈਨਲ ਮੈਚ ਆ। ਬਸ ਸਾਨੂੰ ਸਾਡੇ ਪਿੰਡ ਦੇ ਵਿੱਚ, ਪਰਿਵਾਰ ਦੇ ਵਿੱਚ ਅਤੇ ਪੂਰੇ ਇੰਡੀਆ ਵਿੱਚ ਖੁਸ਼ੀ ਦਾ ਮਾਹੌਲ ਹੈ, ਅਤੇ ਸਾਨੂੰ ਇਹੀ ਉਮੀਦ ਹੈ ਕਿ ਜੀ ਸਾਡਾ ਬ੍ਰਦਰ ਇੰਡੀਆ ਲਈ ਗੋਲਡ ਲੈ ਕੇ ਆਵੇ ਜੀ। ਮੈਨੂੰ ਉਮੀਦਾਂ ਇਹੀ ਹੈ ਵੀ 2014 'ਚ ਭਰਤੀ ਹੋਇਆ ਸੀ, ਉਹਦੇ ਤੋਂ ਹੀ ਕੀ ਆਖਣਾ ਜੀ, 8 ਦਿਨ ਮੇਰੇ ਕੋਲ ਆ ਗਿਆ, ਅਤੇ ਨਹੀਂ ਤਾਂ ਉੱਥੇ ਹੀ ਰਹਿੰਦਾ ਸੀਗਾ, ਉੱਥੇ ਹੀ ਪਿੰਡ 'ਚ ਕਰੀ ਉਹਨੇ ਆਪਦੀ ਖੇਡ, ਉੱਥੇ ਹੀ ਖੇਡੀ, ਅਤੇ ਵੀ ਘਰ ਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹਨੇ। ਉਹ ਆਖਦਾ ਮੈਨੂੰ ਆਪਦਾ ਖੇਡ ਲੈਣ ਦੇ, ਮੈਨੂੰ ਖਿਆਲ ਨਾ ਕਰਿਆ ਕਰੋ, ਮੈਂ ਫੋਨ ਕਰ ਰੱਖਦਾ, ਤੁਸੀਂ ਨਾ ਮੈਨੂੰ ਫੋਨ ਕਰਿਆ ਕਰੋ। ਹਾਂਜੀ, ਕੀ ਉਮੀਦਾਂ ਰੱਖਦੇ ਹੋ? ਅਸੀਂ ਉਮੀਦਾਂ ਇਹੀ ਰੱਖਦੇ ਹਾਂ ਵੀ ਸਾਰਿਆਂ ਦਾ ਨਾਂ ਰੋਸ਼ਨ ਕਰੇ, ਸਾਰੇ ਪੰਜਾਬ ਦਾ, ਸੂਬਾ ਵੀ, ਅਤੇ ਉਦੋਂ ਬਾਅਦ ਮਾਂ ਪਿਓ ਦਾ ਅਤੇ ਮੇਰੇ ਨਗਰ ਦਾ। ਬਹੁਤ ਵਧੀਆ ਖੇਡ ਰਿਹਾ ਜੀ, ਸਾਰੇ ਪੰਜਾਬ ਵਾਸਤੇ, ਸਾਰਿਆਂ ਨੂੰ, ਸਾਰੇ ਨਗਰ ਵਾਸਤੇ ਵੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਬਾਕੀ ਮੇਰਾ ਬੱਚਾ ਬਹੁਤ ਮਿਹਨਤ ਕਰ ਰਿਹਾ। ਕਿੰਨੇ ਸਾਲਾਂ ਦਾ ਜਿਹੜਾ ਉਹ? ਉਸ ਨੂੰ 2014 'ਚ ਭਰਤੀ ਹੋਇਆ ਅਤੇ 10 ਸਾਲ ਹੋ ਗਏ। ਬਹੁਤ ਵਧੀਆ ਪ੍ਰੈਕਟਿਸ ਕਰਦਾ, ਜਦੋਂ ਭਰਤੀ ਹੋਇਆ ਉੱਥੇ ਹੀ ਸਾਰਾ ਕੁਝ ਕੀਤਾ। ਸਾਨੂੰ ਅੱਜ ਜੀ ਬਹੁਤ ਪ੍ਰਾਊਡ ਫੀਲ ਹੋ ਰਿਹਾ, ਸਾਡਾ ਮੇਰਾ ਛੋਟਾ ਭਰਾ ਅੱਜ ਓਲੰਪਿਕ ਦੀ ਗੇਮ 'ਚ ਖੇਡ ਰਿਹਾ। ਸਾਨੂੰ ਅਤੇ ਸਾਡੇ ਪਰਿਵਾਰ ਨੂੰ, ਸਾਡੇ ਪਿੰਡ ਨੂੰ ਬਹੁਤ ਅੱਜ ਖੁਸ਼ੀ ਹੋਈ ਹੈ, ਅਤੇ ਅਸੀਂ ਇਹੀ ਦੁਆ ਕਰਾਂਗੇ ਵੀ ਸਾਡਾ ਮੇਰਾ ਬ੍ਰਦਰ ਇੰਡੀਆ ਲਈ ਪੂਰੇ ਗੋਲਡ ਮੈਡਲ ਲੈ ਕੇ ਆ। ਜਦੋਂ ਆਰਮੀ 'ਚ ਭਰਤੀ ਹੋਇਆ ਉਦੋਂ ਬਾਅਦ 'ਚ ਇਹਨੇ ਗੇਮ ਜੁਆਇਨ ਕੀਤੀ, ਉਦੋਂ ਬਾਅਦ 'ਚ ਫਿਰ ਇਹਨੇ ਵੀ ਕੀਤਾ, ਇੰਨਾ ਪ੍ਰੈਕਟਿਸ ਕੀਤੀ ਵੀ ਅੱਜ ਓਲੰਪਿਕ 'ਚ ਸਿਲੈਕਸ਼ਨ ਹੋ ਗਈ ਇਹਨਾਂ ਨੂੰ। ਕੀ ਉਮੀਦਾਂ ਲੱਗਦੀਆਂ ਪਰਿਵਾਰ ਨੂੰ? ਬਹੁਤ ਉਮੀਦਾਂ ਜੀ, ਅਸੀਂ ਅਰਦਾ ਇਹੀ ਅਰਦਾਸ ਕਰਦੇ ਜੀ, ਪਿੰਡ ਦਾ ਨਾਂ ਰੋਸ਼ਨ ਹੋਵੇ, ਸਾਡੇ ਦੇਸ਼ ਇੰਡੀਆ ਦਾ ਨਾਂ ਰੋਸ਼ਨ ਹੋਵੇ, ਇੰਡੀਆ ਲਈ ਗੋਲਡ ਮੈਡਲ ਲੈ ਕੇ ਆ।